ਰਾਕੇਸ਼ ਚਾਵਲਾ। ਮੇਰੇ ਘਰ ਦੇ ਬਾਅਦ ਮੇਰੀਆਂ ਦੋ ਗੱਡੀਆਂ ਖੜੀਆਂ ਸਨ। ਸੁਬਾ 7 ਵਜੇ ਸਾਨੂੰ ਪਤਾ ਲੱਗਾ ਵੀ ਸਾਡੀ I-20 ਗੱਡੀ ਹੈ ਨੀ ਗੀ। ਅਸੀਂ ਕੈਮਰੇ ਦੀ ਕਲਿਪਸ ਦੇਖੀਆਂ ਤੇ ਰਾਤੀ ਕੋਈ 1:50, 1:52, 1:48 ਕੁਛ ਵੀ ਕਹਿ ਸਕਦੇ ਹਾਂ, ਸਾਡੀ ਗੱਡੀ ਬੰਦਾ ਟੋਅ ਕਰਕੇ ਲੈ ਗਿਆ ਸਕੋਡਾ ਕਾਰ ਨੂੰ। ਉਸ ਤੋਂ ਬਾਅਦ ਅਸੀਂ 10 ਮਿੰਟ ਬਾਅਦ ਦੀ ਕਲਿਪ ਵੇਖੀ ਹੈ ਡੀਸੀ ਮੋਟਰ ਸਕੂਲ ਸੁਬਾ ਜਾ ਕੇ, ਉੱਥੋਂ ਗੱਡੀ ਪਾਸ ਕੀਤੀ ਹੈ। ਡੀਸੀ ਮੋਟਰ ਤੋਂ ਬਾਅਦ ਸਾਨੂੰ ਕਿਤੇ ਕੋਈ ਸੁਰਾਗ ਨਹੀਂ ਮਿਲਿਆ। ਬਹੁਤ ਕੈਮਰੇ ਕਲਿਪ ਅਸੀਂ ਚੈੱਕ ਕੀਤੀਆਂ। ਪ੍ਰਸ਼ਾਸਨ ਦਾ ਕੁਛ ਵੀ ਨਹੀਂ ਕਰ ਰਿਹਾ ਜੀ, ਅਸੀਂ ਤਾਂ ਪ੍ਰਸ਼ਾਸਨ ਨੂੰ ਵੇਖਦੇ ਪਏ। ਅਸੀਂ FIR ਵੀ ਲਾਂਚ ਕਰਾਈ ਹੈ, ਸਾਨੂੰ ਪੁਲਿਸ ਦਾ ਕੋਈ ਰਿਸਪੌਂਸ ਨਹੀਂ ਹੈ। ਅੱਜ 13 ਤਰੀਕ ਦੀ ਲਾਂਚ FIR ਲਾਂਚ ਕਰਾਈ ਹੋਈ ਹੈ, ਅੱਜ 16 ਹੋ ਗਈ ਹੈ, ਸਾਨੂੰ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਹੈ। ਬਸ ਅਸੀਂ ਲੋਕਾਂ ਵੱਲ ਦੇਖ ਰਹੇ, ਆਪਣੇ ਲੈਵਲ ਤੇ ਅਸੀਂ ਇਨਕੁਆਇਰੀ ਟਰੇਸ ਕਰਦੇ ਪਏ ਹਾਂ, ਸਾਨੂੰ ਕੋਈ ਟਰੇਸ ਨਹੀਂ ਹੈ। ਹਾਂਜੀ, ਕੀ ਕਹਿੰਦੇ ਆ ਮੰਗ ਦਾ, ਅਸੀਂ ਤਾਂ ਸੁਰੱਖਿਆ ਚਾਹੁੰਦੇ ਹਾਂ ਆਪਣੀ ਵੀ ਤੇ ਆਪਣੇ ਬੱਚਿਆਂ ਦੀ ਵੀ ਤੇ ਆਪਣੇ ਸਮਾਨ ਦੀ ਵੀ, ਸਾਨੂੰ ਸਾਡੀ ਗੱਡੀ ਲੱਭੇ। ਹੋਰ ਸਾਡੀ ਕੋਈ ਮੰਗ ਨਹੀਂ ਹੈਗੀ। ਰੋਜ਼ ਹੀ ਹੋ ਰਹੀਆਂ, ਰੋਜ਼ ਹੀ ਹੋ ਰਹੀਆਂ। ਮੇਰੀ ਕਲੋਨੀ ਜਿੱਥੇ ਮੇਰੀ ਗੱਡੀ ਖੜੀ ਸੀ ਉੱਥੇ 50 ਗੱਡੀਆਂ ਖੜੀਆਂ ਹੋਣੀਆਂ ਗਲੀ ਦੇ ਵਿੱਚ।